ਵਿਸਾਖੀ ਤੇ ਖਾਲਸਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਪੂਰੀ ਦੁਨੀਆ ਦੇ ਵਿੱਚ ਵਸਦੇ ਸਿੱਖਾਂ ਦੁਆਰਾ ਵੱਖ-ਵੱਖ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਇਸੇ ਲੜੀ ਦੇ ਤਹਿਤ ਹੀ ਅਲਬਰਟਾ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਨੂੰ ਹਰ ਸਾਲ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਏ ਜਾਣ ਦੇ ਐਲਾਨ ਦੇ ਸੰਬੰਧ ਵਿੱਚ ਅਤੇ ਵਿਸਾਖੀ ਦੇ ਜਸ਼ਨ ਮਨਾਉਣ ਲਈ ਸਮਾਗਮ ਉਲੀਕੇ ਗਏ। ਇਸ ਤੋਂ ਪਹਿਲਾਂ ਖਾਲਸਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਸਿਟੀ ਹਾਲ ਵਿੱਚ ਜੈਕਾਰਿਆਂ ਦੀ ਗੂੰਜ ਸਮੇਤ ਖਾਲਸਾਈ ਝੰਡਾ ਚਲਾਇਆ ਗਿਆ, ਜਿਸ ਨਾਲ ਸਾਰੀ ਦੁਨੀਆ ਵਿੱਚ ਵਸਦੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ। ਇਸ ਤੋਂ ਬਾਅਦ ਐਡਮਿੰਟਨ ਦੀ ਲੈਜਿਸਲੇਟਿਵ ਅਸੈਂਬਲੀ ਵਿੱਚ ਵਿਸਾਖੀ ਅਤੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਸਮਾਗਮ ਹੋਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ, ਨਗਰ ਕੀਰਤਨ ਕਮੇਟੀ ਦੇ ਨੁਮਾਇੰਦੇ, ਐਡਮਿੰਟਨ ਗੁਰੂ ਘਰਾਂ ਦੇ ਨੁਮਾਇੰਦੇ ਅਤੇ ਰਾਜਨੀਤਿਕ ਸ਼ਖਸੀਅਤਾਂ ਮੌਜੂਦ ਰਹੀਆਂ। ਇਸ ਖਾਸ ਮੌਕੇ ਨੂੰ ਚੜ੍ਹਦੀ ਕਲਾ ਟਾਈਮ ਟੀ ਵੀ ਵੱਲੋਂ ਐਡਮਿੰਟਨ ਤੋਂ ਸਰਦਾਰ ਭੁਪਿੰਦਰ ਸਿੰਘ ਜੀ ਅਤੇ ਜੈਤੇਗ ਸਿੰਘ ਦਰਦੀ ਦੁਆਰਾ ਕੈਮਰੇ ਵਿੱਚ ਕੈਦ ਕਰਕੇ ਸਾਡੇ ਦਰਸ਼ਕਾਂ ਦੀ ਪਹੁੰਚ ਗੋਚਰ ਬਣਾਇਆ ਗਿਆ, ਜਿਸ ਵਿੱਚ ਵੱਖ ਵੱਖ ਵਿਦਵਾਨਾਂ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਸਿੱਖ ਸੰਗਤਾਂ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਸਿੱਖ ਕੌਮ ਦੇ ਮਾਣ ਸਨਮਾਨ ਵਿੱਚ ਹੋਏ ਵਾਧੇ ਤੇ ਵੀ ਆਪਣੀ ਖੁਸ਼ੀ ਪ੍ਰਗਟਾਈ। ਸੰਸਾਰ ਭਰ ਦੀਆਂ ਸਿੱਖ ਸੰਗਤਾਂ ਦਾ ਸਿਰ ਮਾਣ ਨਾਲ ਉੱਚਾ ਹੋ ਰਿਹਾ ਹੈ, ਕਿਉਂਕਿ ਇੱਥੇ ਅੱਜ ਦੋ ਪ੍ਰੋਗਰਾਮ ਹੋਏ ਨੇ, ਦੂਜਾ ਚੱਲ ਰਿਹਾ ਹੈ। ਪਹਿਲਾਂ ਸਵੇਰੇ ਅਸੀਂ ਸਿਟੀ ਹਾਲ ਦੇ ਵਿੱਚ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਖਾਲਸਾ ਨਿਸ਼ਾਨ ਸਾਹਿਬ ਜਿਹੜਾ ਪਹਿਲੀ ਵਾਰ ਇਤਿਹਾਸ ਵਿੱਚ ਚੜ੍ਹਾਇਆ ਗਿਆ ਅਤੇ ਸਾਡੀ ਕੌਮ ਦੀ ਪ੍ਰਾਪਤੀਆਂ ਜਿਹੜੀਆਂ ਇਸ ਮੁਲਕ ਵਿੱਚ ਕੈਨੇਡਾ ਵਿੱਚ ਅਤੇ ਇਤਿਹਾਸਿਕ ਪ੍ਰਾਪਤੀਆਂ ਵੀ ਜੋ ਸਾਡੀਆਂ ਹਨ ਗੁਰੂ ਕਾਲ ਵਿੱਚ ਅਤੇ ਉਸ ਤੋਂ ਬਾਅਦ ਉਪਰੰਤ ਉਹਨਾਂ ਸਾਰੀਆਂ ਅਤੇ ਕੈਨੇਡਾ ਦੇ ਵਿੱਚ 100 ਸਾਲ ਦਾ ਸਾਡਾ ਜਿਹੜਾ ਇਤਿਹਾਸ ਹੈ ਉਹਦੇ ਕਰਕੇ ਸਾਡੀ ਸਿੱਖ ਕੌਮ ਨੂੰ ਇੱਥੇ ਉਹ ਮਾਨਤਾ ਮਿਲੀ ਹੈ ਜਿਹੜੀ ਹਜੇ ਤਾਈਂ ਕਦੇ ਨਹੀਂ ਸੀ ਮਿਲੀ। ਇਸ ਨਾਲ ਸਾਡਾ ਸਾਰਿਆਂ ਦਾ ਸਿਰ ਉੱਚਾ ਹੁੰਦਾ ਹੈ ਅਤੇ ਖਾਲਸਾ ਪੰਥ ਦਾ ਜਿਹੜਾ ਸਾਜਨਾ ਦਿਵਸ ਹੈਗਾ ਆ 1699 ਦੇ ਵਿਸਾਖੀ ਵਾਲਾ ਦਸਮ ਪਾਤਸ਼ਾਹ ਦਾ, ਉਸ ਦਾ ਸਦਕਾ ਅਸੀਂ ਸਿਰ ਉੱਚਾ ਕਰਕੇ ਸਾਡੀ ਸਾਰੀ ਕੌਮ ਫਿਰ ਵਿਚਰ ਰਹੀ ਹੈ ਸਾਰੇ ਸੰਸਾਰ ਵਿੱਚ। ਅਤੇ ਅਸੀਂ ਵਿਸਾਖੀ ਦਾ ਪ੍ਰੋਗਰਾਮ ਜਿਹੜਾ ਆ ਇੱਥੇ ਐਸੇ ਨਗਰ ਵਿੱਚ ਐਡਮਿੰਟਨ ਸ਼ਹਿਰ ਵਿੱਚ ਸਿਟੀ ਆਫ ਐਡਮਿੰਟਨ 'ਤੇ ਪਹਿਲਾਂ ਆਰੰਭ ਕਰਦੇ ਹਾਂ, ਉੱਥੋਂ ਸ਼ੁਰੂ ਕਰਦੇ ਹਾਂ। 4-5 ਪ੍ਰੋਗਰਾਮ ਲਿਖੇ ਜਾਂਦੇ ਨੇ। 21 ਮਈ ਨੂੰ ਇੱਥੇ ਨਗਰ ਕੀਰਤਨ ਸਜਾਏ ਜਾਣੇ ਆ ਜਿਹੜੇ ਸਾਰੇ ਗੁਰੂ ਘਰਾਂ ਵੱਲੋਂ ਸਾਂਝੇ ਤੌਰ 'ਤੇ ਸਜਾਏ ਜਾਂਦੇ ਆ। 1999 ਦੇ ਵਿੱਚ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਵਿੱਚ ਸਭ ਤੋਂ ਪਹਿਲਾਂ ਨਗਰ ਕੀਰਤਨ ਇੱਥੇ ਸਜਾਇਆ ਗਿਆ ਸੀ ਅਤੇ ਉਦੋਂ ਤੋਂ ਰਵਾਇਤ ਇਹ ਹੈ ਕਿ ਸਾਡੇ ਗੁਰੂ ਘਰ ਸਾਰੇ ਰਲ ਮਿਲ ਕੇ ਕਰਦੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸਭ ਨੂੰ ਖਾਲਸੇ ਦੀ ਸਾਜਨਾ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ। ਆਪ ਸਭ ਨੂੰ ਅੱਜ ਦੇ ਜੋ ਪ੍ਰੋਗਰਾਮ ਆ ਖਾਲਸੇ ਦਾ ਨਿਸ਼ਾਨ ਸਾਹਿਬ ਜਿਹੜਾ ਉਸ ਦੀ ਸੇਵਾ ਹੋਈ ਹੈ ਸਿਟੀ ਹਾਲ ਵਿੱਚ, ਔਰ ਜਿਹੜਾ ਅਲਬਰਟਾ ਗੌਰਮੈਂਟ ਨੇ ਸਾਰੇ ਅਪ੍ਰੈਲ ਦੇ ਮਹੀਨੇ ਨੂੰ ਖਾਲਸਾ ਹੈਰੀਟੇਜ ਮੰਥ ਦੇ ਤੌਰ 'ਤੇ ਡਿਕਲੇਅਰ ਕੀਤਾ ਆ, ਉਸੇ ਸੰਬੰਧ ਵਿੱਚ ਇਸ ਵੇਲੇ ਸਮਾਗਮ ਜਿਹੜਾ ਆ ਉਹ ਚੱਲ ਰਿਹਾ ਆ। ਅਤੇ ਸਾਡੇ ਸਿਟੀ ਦੇ ਮੇਅਰ ਸਾਹਿਬ ਨੇ ਉਹਨਾਂ ਨੇ 14 ਅਪ੍ਰੈਲ ਵਿਸਾਖੀ ਵਾਲੇ ਦਿਨ ਨੂੰ ਖਾਲਸਾ ਡੇ ਐਡਮਿੰਟਨ ਦੇ ਵਿੱਚ ਅਨਾਊਂਸ ਕੀਤਾ ਆ। ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਅਸੀਂ ਕੈਨੇਡਾ ਗੌਰਮੈਂਟ, ਅਲਬਰਟਾ ਗੌਰਮੈਂਟ ਅਤੇ ਆਪਣੀ ਸਿਟੀ ਕੌਂਸਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਕੌਮ ਨੂੰ ਮਾਨਤਾ ਦਿੱਤੀ ਹੈ ਇੱਥੇ, ਅਤੇ ਉਹਨਾਂ ਨੇ ਸਾਰੀ ਦੁਨੀਆ ਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਮਾਈਨੋਰਟੀਜ਼ ਨੂੰ
ਐਪਰੀਸ਼ੀਏਟ ਕਰੀਦਾ ਕਿਸ ਤਰ੍ਹਾਂ ਮਾਈਨੋਰਟੀਜ਼ ਨੂੰ ਉਹਨਾਂ ਦੇ ਇੰਟਰਸਟ ਨੂੰ ਪ੍ਰੋਟੈਕਟ ਕਰੀਦਾ ਕਿਸ ਤਰ੍ਹਾਂ ਉਹਨਾਂ ਦੀਆਂ ਉਹਨਾਂ ਨੂੰ ਰੈਕਗਨਾਈਜ਼ ਕਰੀਦਾ ਇਟਸ ਵੰਡਰਫੁਲ ਡੇ ਟੂਡੇ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਦਾ ਦਿਹਾੜਾ ਬਹੁਤ ਹੀ ਸ਼ੁਭ ਦਿਹਾੜਾ ਹੈ ਕਿ ਅਲਬਰਟਾ ਦੇ ਵਿੱਚ ਜੋ 11 ਅਪ੍ਰੈਲ 2017 ਦਾ ਇਹ ਦਿਹਾੜਾ ਜੋ ਸਤਿਕਾਰ ਅਤੇ ਮਾਣ ਸਾਰੀ ਕਮਿਊਨਿਟੀ ਨੂੰ ਦਿੱਤਾ ਗਿਆ ਸਿੱਖ ਕਮਿਊਨਿਟੀ ਨੂੰ ਉਹ ਇਸ ਕਰਕੇ ਬਹੁਤ ਮਾਣ ਵਾਲਾ ਦਿਹਾੜਾ ਹੈ ਇਹ ਸ਼ੁਭ ਦਿਹਾੜਾ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾਏ ਕਿਉਂਕਿ ਗੌਰਮੈਂਟ ਨੇ ਇੱਥੋਂ ਦੀ ਨੇ ਜੋ ਡਿਕਲੇਅਰ ਕੀਤਾ ਹੈ ਕਿ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮੰਥ ਔਰ ਜਿਸ ਦੇ ਨਾਲ ਸਾਡੀ ਸਾਰੀ ਸੰਗਤ ਇੱਥੇ ਦੀ ਬਹੁਤ ਹੀ ਭਾਵੁਕ ਹੈ ਕਿਉਂਕਿ ਇਹ ਸਤਿਕਾਰ ਇਹ ਮਾਣ ਪ੍ਰਦੇਸ਼ਾਂ ਵਿੱਚ ਆ ਕੇ ਜੋ ਕਮਿਊਨਿਟੀ ਨੇ ਖੱਟਿਆ ਹੈ ਉਹਨਾਂ ਨੇ ਆਪਣੀ ਮਿਹਨਤ ਦੇ ਸਦਕੇ ਉਹਨਾਂ ਨੇ ਜੋ ਅੱਜ ਕੱਲ੍ਹ ਸਾਰੇ ਹੀ ਟ੍ਰੇਡ ਦੇ ਵਿੱਚ ਸਾਰੇ ਪ੍ਰੋਫੈਸ਼ਨਲ ਦੇ ਵਿੱਚ ਔਰ ਹਰ ਤਰ੍ਹਾਂ ਕੰਮ ਕਰ ਕਰਕੇ ਆਪਣਾ ਨਾਮ ਨਾ ਖੱਟ ਕੇ ਗੌਰਮੈਂਟ ਨੂੰ ਇਹ ਦੱਸਿਆ ਕਿ ਅਸੀਂ ਇੱਥੋਂ ਦੇ ਵਸਨੀਕ ਹਾਂ ਔਰ ਇੱਥੇ ਹੀ ਰਹਿਣਾ ਹੈ ਇਹ ਸਾਡਾ ਘਰ ਹੈ ਤਾਂ ਗੌਰਮੈਂਟ ਨੇ ਸਿੱਖ ਹੈਰੀਟੇਜ ਮੰਥ ਇਹ ਸਾਡਾ ਡੇ ਕਰਤਾ ਜੋ ਕਿ ਹਰ ਸਾਲ ਹੀ ਮਨਾਇਆ ਜਾਏਗਾ ਕਿਉਂਕਿ ਖਾਲਸੇ ਦਾ ਇਹ ਮੰਥ ਹੈ ਮਹੀਨਾ ਹੈ ਔਰ ਖਾਲਸਾ ਇਸ ਮਹੀਨੇ ਵਿੱਚ ਆਪਾਂ ਵਿਸਾਖੀ ਦਾ ਦਿਹਾੜਾ ਮਨਾਉਂਦੇ ਹਾਂ ਤੋ ਇਸੇ ਨੂੰ ਮੁੱਖ ਰੱਖਦੇ ਹੋਏ ਜੋ ਸਾਡਾ ਨਗਰ ਕੀਰਤਨ ਹੈ ਉਹ 21 ਮਈ ਨੂੰ ਇੱਥੇ ਹੋਏਗਾ ਸੋ ਸਾਰੀ ਸੰਗਤ ਨੂੰ ਉਹਦੇ ਵਿੱਚ ਇੱਥੋਂ ਦੀ ਸਾਦਾ ਵੀ ਹੈਗਾ ਕਿ ਆਇਓ ਤੁਸੀਂ ਕਿ ਹਰ ਸਾਲ ਇਹ ਪਿਛਲੇ 19 ਸਾਲਾਂ ਤੋਂ ਅਸੀਂ ਨਗਰ ਕੀਰਤਨ ਇੱਥੇ ਕਰਦੇ ਆ ਰਹੇ ਹਾਂ ਔਰ ਇਸੇ ਤਰ੍ਹਾਂ ਹੀ ਇਹ ਭਾਵੁਕ ਹੋ ਕੇ ਸਾਰਾ ਜੋ ਸਾਰਾ ਮਹੀਨਾ ਮਨਾਇਆ ਜਾਂਦਾ ਹੈ ਇਸ ਵਿੱਚ ਹੋਰ ਵੀ ਖੂਬੀ ਹੈ ਕਿ ਇੱਥੋਂ ਦੇ ਸਾਰੇ ਗੁਰੂ ਘਰ ਇਕੱਠੇ ਹੋ ਕੇ ਕਦੇ ਵੀ ਉਹਨਾਂ ਨੇ ਇਹਦੇ ਵਿੱਚ ਵਿਤਕਰਾ ਨਹੀਂ ਰੱਖਿਆ ਇਕੱਠੇ ਹੋ ਕੇ ਇਕੱਠੇ ਮਨਾਉਂਦੇ ਨੇ ਹਰ ਇੱਕ ਦਿਹਾੜਾ ਖਾਸ ਕਰਕੇ ਨਗਰ ਕੀਰਤਨ ਸੋ ਨਗਰ ਕੀਰਤਨ ਜੋ ਹੈ ਇਸ ਵੇਲੇ 21 ਮਈ 2017 ਨੂੰ ਹੋਏਗਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਜੇ ਤੁਸੀਂ ਆ ਸਕਦੇ ਹੋ ਤਾਂ ਇਸ ਵਿੱਚ ਸ਼ਾਮਿਲ ਹੋਵੋ ਨਹੀਂ ਤਾਂ ਸਾਡੇ ਲਈ ਤੁਸੀਂ ਅਰਦਾਸਾਂ ਕਰਿਓ ਕਿ ਬਿਲਕੁਲ ਕਾਮਯਾਬ ਦਿਹਾੜਾ ਸਾਡਾ ਹੋਵੇ ਇਸ ਦੇ ਨਾਲ ਹੀ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ So how do you feel on the day of Vaisakhi? I feel great. It's wonderful to be here in the province of Alberta and to recognize along with Premier Rachel Notley for the very first time in the history of Alberta Sikh Heritage Month. So to all the people viewing us from afar, I just want to say Waheguru Ji Ka Khalsa, Waheguru Ji Ke Fateh, Sat Sri Akal to everyone, and I want to say that it's such a beautiful opportunity for us here in the province to recognize the wonderful work that Sikhs have contributed to this province for more than 100 years. I want to say thank you to the entire Sikh community for everything that they do in terms of contributing to our economy, contributing to our society, contributing to everything that we have because diversity and inclusion here in the province of Alberta is so important and we want to make sure that every Sikh feels that Alberta is their home. I'd also like to thank Chardigarh Times TV for everything that they do for the community and helping get the message out to everybody. So once again, thank you to Chardigarh Times TV. ਸਭ ਤੋਂ ਪਹਿਲੇ ਤਾਂ ਚੜ੍ਹਦੀ ਕਲਾ ਟੀ ਵੀ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇੱਥੇ ਆਏ ਹੋ ਮੈਸੇਜ ਸਰਕਾਰ ਵੱਲੋਂ ਇਹ ਵੇ ਕਿ ਅਲਬਰਟਾ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੇ ਕਲਚਰਲ ਬੈਕਗਰਾਊਂਡ ਦੇ ਲੋਕ ਬਹੁਤ ਸਾਰੇ ਮੁਲਕਾਂ ਦੇ ਲੋਕ ਆਣ ਆਬਾਦ ਹੋਏ ਅਤੇ ਉਹਨਾਂ ਦੇ ਕੰਟਰੀਬਿਊਸ਼ਨਸ ਨੇ ਉਹਨਾਂ ਦਾ ਹਿੱਸਾ ਵੇ ਜਿੱਥੇ ਅੱਜ ਅਲਬਰਟਾ ਪਹੁੰਚਿਆ ਵੇ ਅਤੇ ਸਾਡੀ ਗਵਰਨਮੈਂਟ ਦੀ ਪੋਲਿਸੀ ਇਹ ਵੇ ਕਿ ਉਹ ਜਿਹੜੇ ਮੁਖਤਲਿਫ ਡਿਵਰਸ ਕਮਿਊਨਿਟੀਜ਼ ਨੇ ਉਹਨਾਂ ਦੇ ਕੰਟਰੀਬਿਊਸ਼ਨਸ ਨੂੰ ਉਹਨਾਂ ਦੀ ਹੈਰੀਟੇਜ ਨੂੰ ਇੱਥੇ ਰੈਕਗਨਾਈਜ਼ ਕੀਤਾ ਜਾਵੇ ਅਲਬਰਟਾ ਪ੍ਰੋਵਿੰਸ ਸਾਰਿਆਂ ਲਈ ਹੈ ਜਿਹੜੇ ਇਹਦੇ ਅੰਦਰ ਰਹਿੰਦੇ ਵਸਦੇ ਨੇ ਉਹਨਾਂ ਦੀ ਕਲਚਰ ਨੂੰ ਉਹਨਾਂ ਦੀ ਤਹਿਜ਼ੀਬ ਨੂੰ ਉਹਨਾਂ ਦੀ ਕੰਟਰੀਬਿਊਸ਼ਨਸ ਨੂੰ ਸੋਸ਼ਲ ਕੰਟਰੀਬਿਊਸ਼ਨ ਨੂੰ ਪੋਲੀਟੀਕਲ ਕੰਟਰੀਬਿਊਸ਼ਨ ਨੂੰ ਅਸੀਂ ਚਾਹੁੰਦੇ ਹਾਂ ਕਿ ਹਾਈਲਾਈਟ ਕੀਤਾ ਜਾਵੇ ਤਾਂ ਕਿ ਜਿਹੜੇ ਇੱਥੇ ਲੋਕ ਵੱਸ ਰਹੇ ਹਨ ਉਹ ਉਹਨਾਂ ਨੂੰ ਇਹ ਮੈਸੇਜ ਆਵੇ ਕਿ ਇਹ ਉਹਨਾਂ ਦਾ ਸੂਬਾ ਵੇ ਇਹ ਸਾਰਿਆਂ ਦਾ ਸੂਬਾ ਵੇ ਤੁਸੀਂ ਇਸ ਵਿਸਾਖੀ ਦੇ ਮੌਕੇ 'ਤੇ ਪੂਰੀ ਵਰਲਡ ਦੇ ਵਿੱਚ ਵਸਦੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਮੈਂ ਕਹਿ ਲਵਾਂ ਖਾਲੀ ਉਹ ਇੰਡੀਆ ਦੇ ਵਿੱਚ ਨਹੀਂ ਤੁਹਾਨੂੰ ਪਤਾ ਪਾਕਿਸਤਾਨ ਔਰ ਹਰ ਜਗ੍ਹਾ ਹੈਗੀ ਹੈ ਤੁਸੀਂ ਉਹਨਾਂ ਲਈ ਇੱਕ ਮੈਸੇਜ ਕੀ ਦੇਣਾ ਚਾਹੁੰਦੇ ਹੋ ਮੇਰੇ ਵੱਲੋਂ ਸਾਰੀ ਕਮਿਊਨਿਟੀ ਨੂੰ ਸਿੱਖ ਕਮਿਊਨਿਟੀ ਨੂੰ ਜਿਹੜੀਆਂ ਹੋਰ ਕਮਿਊਨਿਟੀਆਂ ਜਿਹੜੀਆਂ ਵਿਸਾਖੀ ਬਣਾਉਂਦੀਆਂ ਮੇਰੇ ਵੱਲੋਂ ਬਹੁਤ ਬਹੁਤ ਵਿਸਾਖੀ ਦੀ ਵਧਾਈ ਹੋਵੇ ਉਹਨੂੰ ਅਤੇ ਅਸੀਂ ਇਸੀ ਤਰ੍ਹਾਂ ਮੈਂ ਚਾਹੁੰਦਾ ਕਿ ਭਾਈਚਾਰੇ ਦੇ ਨਾਲ ਅਸੀਂ ਇੱਕ ਦੂਸਰੇ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋਈਏ ਰਲ ਮਿਲ ਕੇ ਤਿਉਹਾਰ ਮਨਾਈਏ
अमन नाल खुशी नाल रहिए। रजिंदर सिंह पन्नू जिन्हों राज पन्नू के नाँ तो इतने जाने जाता है और वह इतने साढ़े नाल मौजूद ने, असं अज तुहाडे नाल उन्हां दी रूबरू करान जा रहे हैं। हाँ जी, इतने जी अपने असी मैं 1962 में आया से, मैं तो मेरी वाइफ उस वे सिर्फ कोई 10 फैमिलिया से, उन्हें पांच अपने सिख फैमिली से ते पांच दूसरे सन, ते शुरू तो ही लगे NDP पार्टी जिहड़ी सी मेरी चुनवी पार्टी सी, इन्हां दे जिहड़े ख्याल ने, इन्हां जिहड़े असूल ने, इन्हां जिहड़ियां पॉलिसीज ने वह बहुत ही ज़्यादा चंगीआं ने, खास तौर पर माइनॉरिटीज़ वास्ते। इस करके मैं जदों आया अज 55 साल हो गया पूरे इस साल, तो मैं इस पार्टी के नाल रहा। फिर मैं 30 साल पढ़ाया यूनिवर्सिटी के, मैं प्रोफेसर सा, तो 1996 रिटायर होके तो मैं इलेक्शन लड़ी, तो मार्च 1997 मैं MLA बनया। फिर अपना 2000 दे विच मैं लीडर बन गया, प्रोविंशल लीडर, 4 साल वो सर्व किया एज लीडर, तो 2008 तक MLA रहा। सो 11 साल पूरे पार्टी की सर्विस की, सूबे की सर्विस की, अपनी कम्यूनिटी की सर्विस की, तो अपनी कम्यूनिटी जी बहुत प्रफुल्लित हुई है, बहुत वधी फुली है इत्थे अलबर्टा विच भी ते कैनेडा विच भी। वो इस करके भी कनेडियन सोसाइटी जी है ये बहुत ये बहुत गुण ने, खास तौर पर माइनॉरिटीज़ की इज्जत करनी, उन्होंने मौका देना कामयाब होने का। अपने हुण वेखो पंजाबी कम्यूनिटी के सिख कम्यूनिटी के मैंबर जिहड़े ने वह हर फील्ड विच ने, पॉलिटिक्स विच ने, पार्लीमेंट विच ने, कैनेडा विच कैबिनेट मैंबर्स ने, इत्थे वेख लो अलबर्टा दे विच बड़ी वड्डी प्रोमिनेंस है पंजाबी कम्यूनिटी की, सिख कम्यूनिटी की। सो ये बड़ी खुशी तो माण वाली गल है कि अज प्रीमियर नॉटली इत्थे आके उन्हें तुहानू सारयां नू वेलकम किया, इन्नी संगत ज़्यादा आई हुई सी, बच्चों का वेख के गतके दे जिहड़ी उन्होंने अज काम उन्हें किया, इन ये बहुत सोहनी गल है, बड़ा शो जिहड़ा उत्ते वेख के बड़ा फखर होया अपने आप। जी मैं चढ़दी कला टाइम्स का बहुत धन्यवादी है, इन्होंने इत्थे आके अज ये बड़ी इंपोर्टेंट फंक्शन जिहड़ी उन्हें कवर किया है। वाहगुरू जी का खालसा वाहगुरू जी की फतेह। जी अज असी अलबर्टा के अलबर्टा सिख हैरीटेज मंथ मना रहे हैं, उसी कड़ी के असी अज एलब एडमिंटन प्रोग्राम की लैजिस्लेचर असैम्बली प्रोग्राम होया है, और अज साढ़े नाल जेडे कि एडमिंटन 1955 और 60 के दाके के जो सब तो पहला गुरु घर गुरुद्वारा बनया वो प्रधान सिकंदर सिंह जी नाल हैं। अज मैं उन्होंने पूछना चाहवागा कि उन्होंने इस धरती पर रहिंदिया किस तरह महसूस होंदा और वो अपनी कम्यूनिटी लई और अपनी सिख पनीरी लई किहो जिहे यतन करदे ने। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। जिवें सानू पंजाब दे विच अपनी धरती लगती आ जदों असीं इत्थे आके वसे, इत्थों दीआं सारीआं सुख सहूलतां माण रहे हां ते तरक्कियां कर रहा साडा भाईचारा, ते सानू इत्थे वी पंजाब वर्गा ही जिहड़ा वा ओह लग रिहा। दूजा तुसा सवाल कीता जी गुरु घर दे वास्ते बच्चों वास्ते की कर रहे हो जी, असीं बच्चों नूं सिखी दे नाल जोड़न दे वास्ते पंजाबी दे दा स्कूल चल रहा जिस दे नाल टाइम टू टाइम जिहड़े आ असीं प्रोग्राम जिहड़े आ ओह कर रहे हैं, सिखी दे कैंप ला रहे हैं, उस दे विच जिहड़े कैंप ला रहे हैं उन्हां दे विच नाल कंपीटिशन भी हो रहा बच्चों का, जिदे विच आने वाले टाइम दे विच असीं पग्गां दे मुकाबले जिहड़े आ हो रहे आ, जिस दे विच गतके दे मुकाबले हो रहे आ। हुण इस वीकेंड दे विच 16 तरीक नूं जिवें इत्थे इक सिख जिहड़ी आ सिखां दे मुतालक इक डाकूमेंटरी मूवी बनाई गई आ जिहदे विच जस्सी नरवाल उन्हां ने बनाई आ, ते वह उत्थे जिहड़ी आ ओह गुरु घर जिहड़ी आ विखाई जा रही आ। मैं संगत नूं बेनती करदा कि जरूर आके पहुँचो, बच्चों के प्रोग्राम में शामिल हो, इन्हां नूं इनकरेज करो। दूजा मैं चढ़दी कला TV का तहे दिलों धन्नवाद दिया जिन्हां ने आ के ये प्रोग्राम जिहड़ा सारा जिहड़ा ओह कवर किया। इस तरह जे प्रोग्राम इस तरह कवर होणगे
ਅਤੇ ਤਦ ਹੀ ਲੋਕਾਂ ਨੂੰ ਘਰ ਘਰ ਜਿਹੜਾ ਵਾ ਇਹ ਜਿਹੜਾ ਪਤਾ ਲੱਗੂਗਾ ਕਿ ਗੌਰਮੈਂਟਾਂ ਸਾਡੇ ਵਾਸਤੇ ਕੀ ਕਰ ਰਹੀਆਂ। ਮੈਂ ਗੌਰਮੈਂਟ ਦਾ ਵੀ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਇਹ ਸਿੱਖੀ ਦਾ ਦਿਹਾੜਾ ਐਜ ਏ ਸਿੱਖ ਹੈਰੀਟੇਜ ਦੇ ਮੰਥ ਨਾਲ ਜਿਹੜਾ ਉਹ ਮਨਾ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I am very proud to meet Mr. Brian from Calgary. He's a MLA, a member of Legislature Assembly from Calgary South area, and I just want to know how he feels and how he know about our Vaisakhi. Well, there's many members in my community, and I just want to say I wish you all a happy Vaisakhi, you know, a wonderful new year, and happiness and prosperity for you and your families, for all who are celebrating. Thanks to Chicago News for coverage of this event. ਅਲਬਰਟਾ ਦੀ ਐਡਮਿੰਟਨ ਸਿਟੀ ਵਿੱਚ ਫੈਡਰਲ ਬਿਲਡਿੰਗ ਵਿੱਚ ਵਿਸਾਖੀ ਪੁਰਬ ਮਨਾ ਕੇ ਸਿੱਖ ਭਾਈਚਾਰੇ ਦੀ ਸਮਾਜ ਵਿੱਚ ਵਿਲੱਖਣਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕਰਨ ਦਾ ਹੋਕਾ ਦਿੱਤਾ ਗਿਆ। ਇਸ ਪ੍ਰੋਗਰਾਮ ਦੁਆਰਾ ਐਡਮਿੰਟਨ ਸ਼ਹਿਰ ਵਿੱਚ ਵਸਦੇ ਨੌਜਵਾਨ ਪੰਜਾਬੀਆਂ ਅਤੇ ਹੋਰ ਕਮਿਊਨਿਟੀਜ਼ ਦੇ ਲੋਕਾਂ ਨੂੰ ਖਾਲਸਾ ਪੰਥ ਸਾਜਨਾ ਦਿਵਸ ਅਤੇ ਸਿੱਖ ਇਤਿਹਾਸ ਦੀਆਂ ਵਿਲੱਖਣਤਾਈਆਂ ਤੋਂ ਜਾਣੂ ਵੀ ਕਰਵਾਇਆ ਗਿਆ। ਐਡਮਿੰਟਨ ਦੇ ਮੇਅਰ ਡਾ ਨਿਵੇਸਨ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਇਸ ਦੇ ਨਾਲ ਹੀ ਲੇਬਰ ਮੰਤਰੀ ਕ੍ਰਿਸਟੀਨਾ ਗ੍ਰੇ ਨੇ ਵੀ ਆਈਆਂ ਸੰਗਤਾਂ ਨੂੰ ਸੰਬੋਧਨ ਕੀਤਾ। Through extraordinary determination and incredibly hard work, he became a prosperous landowner, a livestock breeder, and a distinguished citizen. Today, the descendants of these men and women and many more Sikh Albertans are a key part of the cultural fabric of our province. Alberta now has the third largest Sikh population in Canada after British Columbia and Ontario. Their way in Alberta was made more difficult by past policies of exclusion. And we are grateful, genuinely, truly grateful for the strength and determination that they showed and show in overcoming these difficulties. And our government is working to right those past wrongs and to make Alberta a more diverse and inclusive place where everyone feels welcomed and valued. As we celebrate Sikh Heritage Month in Alberta, we have an opportunity to encourage greater openness amongst neighbors and to encourage all Albertans, to discover how Sikh women and men have helped to make our province the place that we all know and love. It is an opportunity to affirm the values that bring us all together: our respect for democracy, our commitment to equal opportunity, and our belief that when we work together, we can make life better for all people. I am so proud, as a result, to celebrate Sikh Heritage Month here in Alberta, and proud to stand here with you to recognize the incredible contributions of all Sikh Albertans. Thank you all very, very much. ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਸਮਾਗਮ ਹੋਵੇ ਅਤੇ ਖਾਲਸਾ ਮਾਰਸ਼ਲ ਆਰਟ ਗੱਤਕੇ ਦਾ ਪ੍ਰਦਰਸ਼ਨ ਨਾ ਹੋਵੇ, ਇਹ ਗੱਲ ਜੱਚਦੀ ਨਹੀਂ। ਜਿੱਥੇ ਸਾਡੇ ਦੇਸ਼ ਵਿੱਚ ਵੀ ਗੱਤਕੇ ਦਾ ਪ੍ਰਦਰਸ਼ਨ ਸਿੱਖ ਸਮਾਗਮਾਂ ਦੀ ਸ਼ਾਨ ਬਣਦਾ ਹੈ, ਉੱਥੇ ਵਿਦੇਸ਼ਾਂ ਦੀ ਧਰਤੀ 'ਤੇ ਵੀ ਖਾਲਸਾਈ ਜਾਹੋ ਜਲਾਲ ਨਾਲ ਗੱਤਕਾ ਖੇਡਿਆ ਜਾਂਦਾ ਹੈ। ਅਲਬਰਟਾ ਦੀ ਐਡਮਿੰਟਨ ਸਿਟੀ ਵਿੱਚ ਵੀ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਫਤਿਹ ਸਿੰਘ ਗੱਤਕਾ ਅਕੈਡਮੀ ਦੇ ਲੜਕੇ ਅਤੇ ਲੜਕੀਆਂ ਵੱਲੋਂ ਇਸ ਮੌਕੇ ਸਿੱਖ ਕੌਮ ਦੇ ਮਾਰਸ਼ਲ ਆਰਟ ਗੱਤਕੇ ਦੇ ਜੌਹਰ ਦਿਖਾਏ ਗਏ।